ਸਿਆਣੇ ਕਹਿੰਦੇ ਆ ਕਿ ਜਿਵੇਂ ਧੁੱਪ ਤੇ ਛਾਂ ਉਂਝ ਬਾਪ ਤੇ ਮਾਂ। ਜਿਨ੍ਹਾਂ ਦੇ ਕੋਲ ਮਾਂ ਬਾਪ ਹੁੰਦੇ ਆ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ। ਪਰ ਅੱਜ ਕੱਲ੍ਹ ਕੁਝ ਹੋਰ ਹੀ ਵੇਖਣ ਨੂੰ ਮਿਲਦਾ। ਲੋਕ ਆਪਦੇ ਮਾਂ ਪਿਓ ਦਾ ਸਤਿਕਾਰ ਨਹੀਂ ਕਰਦੇ। ਜੇਕਰ ਮਾਂ ਪਿਓ ਨੂੰ ਆਪਦੇ ਧੀ ਪੁੱਤ ਤੋਂ ਕਿਸੇ ਵੀ ਚੀਜ਼ ਦੀ ਜ਼ਰੂਰਤ ਹੁੰਦੀ ਆ ਤਾਂ ਉਹ ਚੀਜ਼ ਮਾਂ ਬਾਪ ਨੂੰ ਆਪਦੇ ਧੀ ਪੁੱਤ ਦੇ ਮਿਹਨਤਾਂ ਤਰਲੇ ਕਰਨ ਤੋਂ ਬਾਅਦ ਵੀ ਮਸਾਂ ਹੀ ਮਿਲਦੀ ਆ। ਜੇਕਰ ਮਾਂ ਆਪਦੇ ਪੁੱਤ ਤੋਂ ਪਾਣੀ ਦਾ ਗਲਾਸ ਮੰਗ ਲਵੇ ਤਾਂ ਪੁੱਤ ਦੇ ਸਿਰ 'ਤੇ 100 ਘੜਾ ਪਾਣੀ ਦਾ ਡੁੱਲ ਜਾਂਦਾ, ਪੁੱਤ ਨੂੰ ਮੌਤ ਪੈ ਜਾਂਦੀ ਆ। ਜਿਸ ਮਾਂ ਨੇ ਸਾਨੂੰ ਲਾਡਾਂ ਦੇ ਨਾਲ ਪਾਲ ਪੋਸ ਕੇ ਇੰਨੇ ਵੱਡੇ ਕੀਤਾ, ਸਾਨੂੰ 9 ਮਹੀਨੇ ਪੇਟ ਦੇ ਵਿੱਚ ਰੱਖਿਆ, ਸਾਡੇ ਲਈ ਇੰਨੀਆਂ ਤਕਲੀਫਾਂ ਝੱਲੀਆਂ ਅਤੇ ਅੱਜ ਅਸੀਂ ਉਸਨੂੰ ਇੱਕ ਪਾਣੀ ਦਾ ਗਲਾਸ ਵੀ ਨਹੀਂ ਦੇ ਸਕਦੇ। ਅਤੇ ਬਾਪ ਦਾ ਵੀ ਇੱਕ ਅਹਿਮ ਰੋਲ ਹੁੰਦਾ ਜ਼ਿੰਦਗੀ ਦੇ ਵਿੱਚ। ਸਿਆਣੇ ਕਹਿੰਦੇ ਆ ਕਿ ਬਾਪ ਦੇ ਮਰਨ ਤੋਂ ਬਾਅਦ ਵਸੀਅਤਾਂ ਦਾ ਮੁੱਲ ਨਹੀਂ ਪੈਂਦਾ। ਮਾਂ ਬਾਪ ਸਾਨੂੰ ਪੜ੍ਹਾ ਲਿਖਾ ਕੇ ਇਸ ਕਾਬਲ ਬਣਾਉਂਦੇ ਆ ਕਿ ਅਸੀਂ ਆਪਦੀ ਜ਼ਿੰਦਗੀ ਦੇ ਵਿੱਚ ਕੁਝ ਬਣ ਜਾਈਏ। ਪਰ ਕਈ ਮੁੰਡੇ ਵਿਆਹ ਤੋਂ ਬਾਅਦ ਘਰਾਂ ਦੇ ਵਿੱਚ ਵੰਡੀਆਂ ਪਾ ਲੈਂਦੇ ਆ, ਇੱਥੋਂ ਤੱਕ ਕਹਿ ਦਿੰਦੇ ਆ ਕਿ ਬਾਪ ਵੱਡੇ ਦੇ ਨਾਲ ਰਹੂਗਾ ਅਤੇ ਮਾਂ ਛੋਟੇ ਦੇ ਨਾਲ। ਕਈ ਤਾਂ ਆਪਦੇ ਮਾਂ ਪਿਓ ਨੂੰ ਵਿਰਧ ਆਸ਼ਰਮ ਛੱਡ ਆਉਂਦੇ ਆ ਵੀ ਨਿੱਕੇ ਹੁੰਦਿਆਂ ਜਿਸ ਮਾਂ ਪਿਓ ਨੇ ਸਾਡੀ ਨਿੱਕੀ ਨਿੱਕੀ ਜ਼ਰੂਰਤ ਦਾ ਧਿਆਨ ਰੱਖਿਆ, ਸਾਨੂੰ ਲਾਡਾਂ ਦੇ ਨਾਲ ਪਾਲ ਪੋਸ ਕੇ ਪੜ੍ਹਾ ਲਿਖਾ ਕੇ ਇਸ ਕਾਬਲ ਬਣਾਇਆ, ਅਤੇ ਅੱਜ ਜਦੋਂ ਸਾਡੀ ਵਾਰੀ ਆਈ ਆਪਦੇ ਮਾਂ ਪਿਓ ਦੀ ਸੇਵਾ ਕਰਨ ਦੀ ਤਾਂ ਅਸੀਂ ਪਾਸਾ ਵੱਟ ਲਿਆ ਅਤੇ ਅੱਜ ਸਾਨੂੰ ਸਾਡੇ ਮਾਂ ਬਾਪ ਬੋਝ ਲੱਗਣ ਲੱਗ ਗਏ ਅਤੇ ਉਹਨਾਂ ਦੇ ਮਰਨ ਤੋਂ ਬਾਅਦ ਅਰਥੀ ਦੇ ਉੱਪਰ ਲੋਕ ਫੁੱਲ ਚੜ੍ਹਾਉਂਦੇ ਆ, ਭੋਗ ਦੇ ਉੱਪਰ ਜਲੇਬੀਆਂ ਪਕਾਉਂਦੇ ਆ ਵੀ ਕਮਲਿਓ ਮਰਨ ਤੋਂ ਬਾਅਦ ਕਿਹਨੇ ਵੇਖਣਾ। ਜੇ ਕਦਰ ਕਰਨੀ ਆ ਤਾਂ ਜਿਉਂਦੇ ਜੀ ਕਰੋ, ਜਿਉਂਦੇ ਜੀ ਅਸੀਂ ਉਹਨਾਂ ਨੂੰ ਪਾਣੀ ਦਾ ਗਲਾਸ ਵੀ ਨਹੀਂ ਪੁੱਛਣਾ ਅਤੇ ਮਰਨ ਤੋਂ ਬਾਅਦ ਅਰਥੀ ਦੇ ਉੱਪਰ ਫੁੱਲ ਚੜ੍ਹਾਉਣੇ ਆ, ਭੋਗ ਦੇ ਉੱਪਰ ਜਲੇਬੀਆਂ ਪਕਾਉਣੇ ਆ, ਲੰਗਰ ਲਾਉਣੇ ਆ। ਜਿਵੇਂ ਕਹਿੰਦੇ ਹੁੰਦੇ ਨਾ, ਤਾਂ ਪਛਤਾਏ ਕਿਆ ਹੁਆ ਜਬ ਚਿੜੀਆ ਚੋਗੇ ਖੇਤ। ਬਾਅਦ ਦੇ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ, ਲੰਗਰ ਲਾਉਣ ਦਾ ਕੋਈ ਫਾਇਦਾ ਨਹੀਂ। ਤੁਸੀਂ ਬਹੁਤ ਕਿਸਮਤ ਵਾਲੇ ਹੋ ਕਿ ਰੱਬ ਨੇ ਤੁਹਾਨੂੰ ਮਾਂ ਪਿਓ ਦਿੱਤੇ ਨੇ, ਤੁਹਾਡੇ ਕੋਲ ਤੁਹਾਡੇ ਮਾਂ ਪਿਓ ਨੇ। ਜਿਨ੍ਹਾਂ ਦੇ ਕੋਲ ਮਾਂ ਪਿਓ ਨਹੀਂ ਹੈਗੇ ਉਹਨਾਂ ਨੂੰ ਪੁੱਛ ਕੇ ਦੇਖੋ ਮਾਂ ਪਿਓ ਦੀ ਕੀਮਤ, ਜਿਹੜੇ ਮਾਂ ਦੇ ਹੱਥਾਂ ਦੀ ਬਣੀ ਰੋਟੀ ਖਾਣ ਨੂੰ ਤਰਸਦੇ ਆ। ਸੋ ਇਸ ਕਰਕੇ ਜੇਕਰ ਮਾਂ ਬਾਪ ਤੋਂ ਬੁਢਾਪੇ ਦੇ ਵਿੱਚ ਕੋਈ ਗਲਤੀ ਹੋ ਵੀ ਜਾਂਦੀ ਆ ਤਾਂ ਉਸਨੂੰ ਇਹ ਸੋਚ ਕੇ ਨਜ਼ਰਅੰਦਾਜ਼ ਕਰ ਦਿਆ ਕਰੋ ਕਿ ਜਦੋਂ ਅਸੀਂ ਨਿੱਕੇ ਹੁੰਦੇ ਸੀ ਅਸੀਂ ਵੀ ਗਲਤੀਆਂ ਕਰਦੇ ਸੀ ਅਤੇ ਮਾਂ ਪਿਓ ਸਾਨੂੰ ਝੱਟ ਮਾਫ ਕਰ ਦਿੰਦੇ ਹੁੰਦੇ ਸੀ। ਸੋ ਇਸ ਕਰਕੇ ਆਪਦੇ ਮਾਂ ਪਿਓ ਦੀ ਕਦਰ ਕਰਿਆ ਕਰੋ, ਉਹਨਾਂ ਦਾ ਸਤਿਕਾਰ ਕਰਿਆ ਕਰੋ। ਸੋ ਇੰਨੀਆਂ ਗੱਲਾਂ ਕਰਨੀਆਂ ਸੀ ਜੀ ਤੁਹਾਡੇ ਨਾਲ। ਬਹੁਤ ਬਹੁਤ ਧੰਨਵਾਦ ਜੀ।